ਮਾਛੀਵਾੜਾ ਸਾਹਿਬ ਨੇੜੇ ਵੱਡਾ ਹਾਦਸਾ ਵਾਪਰਿਆ ਜਿੱਥੇ ਓਵਰਟੇਕ ਕਰਨ ਸਮੇਂ ਸੰਗਤਾਂ ਨਾਲ ਭਰੀਆਂ ਦੋ ਟਰਾਲੀਆਂ ਪਲਟ ਗਈਆਂ ਨੇ। ਦੋਹਾਂ ਟਰਾਲੀਆਂ ਦੇ ਵਿੱਚ 35 ਤੋਂ 40 ਦੇ ਕਰੀਬ ਲੋਕ ਸਵਾਰ ਸਨ। ਗਨੀਮਤ ਇਹ ਰਹੀ ਕਿ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ, ਲੇਕਿਨ ਕੁਝ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ। ਹਾਦਸੇ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਤੇ ਰਾਹਗੀਰਾਂ ਨੇ ਐਂਬੂਲੈਂਸ ਅਤੇ ਪੁਲਿਸ ਨੂੰ ਕਾਲ ਕੀਤੀ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉੱਥੇ ਹੀ ਖਤਾਨਾ ਵਿੱਚ ਡਿੱਗੀਆਂ ਟਰਾਲੀਆਂ ਨੂੰ ਕਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਹੀ ਟਰਾਲੀਆਂ ਵਿੱਚ ਸਵਾਰ ਸੰਗਤਾਂ ਫਤਿਹਗੜ੍ਹ ਸਾਹਿਬ ਜੋੜ ਮੇਲ ਤੇ ਜਾ ਰਹੀਆਂ ਸਨ ਤੇ ਰਾਸਤੇ ਦੇ ਵਿੱਚ ਇਹ ਹਾਦਸਾ ਵਾਪਰਿਆ। ਸੱਟਾਂ ਕਾਫੀ ਲੱਗੀਆਂ ਵਿੱਚ ਮੁੰਡੇ ਦੇ, ਪਰ ਬਚਾ ਫਿਰ ਵੀ ਜ਼ਿਆਦਾ ਡੂੰਘੀਆਂ ਸੱਟੇ ਲੱਗੇ। ਨਾਬਾਲਗ ਸੀ ਮੁੰਡਾ? ਨਹੀਂ, ਨਾਬਾਲਗ ਤਾਂ ਨਹੀਂ, 18 ਸਾਲ ਦੀ ਉਮਰ ਤਾਂ ਹੋਏਗੀ, ਪਰ ਫਿਰ ਵੀ ਚਲੋ ਕਹਿੰਦਾ ਮਤਲਬ ਨਹੀਂ ਸੰਭਲਿਆ, ਕਬਰ ਆ ਗਿਆ ਜਿੱਦਾਂ ਲਾ ਲੋ। ਬਾਕੀ ਫਿਰ ਵੀ ਚਲੋ ਟਰਾਲੀਆਂ ਦਾ ਕੋਈ ਰੇਸ ਲਗਾ ਰਹੇ ਸੀ? ਕਿੰਨੀ ਉਮਰ ਦਾ ਸੀਗਾ ਇਹ ਮੁੰਡਾ? ਮੁੰਡਾ 18 ਸਾਲ ਦਾ ਡਿਸਾਂਸ ਬਣਿਆ।